ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਸਰਦਾਰ ਸਾਹਿਬ, ਦਿੱਲੀ ਦੀ ਜਿੱਤ ਤੋਂ ਬਾਅਦ ਪੀਕੇ ਪ੍ਰਸ਼ਾਂਤ ਕਿਸ਼ੋਰ ਜੀ ਪੰਜਾਬ 'ਤੇ ਨਜ਼ਰ ਰੱਖੀ ਬੈਠਾ। ਪ੍ਰਸ਼ਾਂਤ ਕਿਸ਼ੋਰ ਦੀ ਨਜ਼ਰ ਪੰਜਾਬ 'ਤੇ ਨਹੀਂ, ਨਵਜੋਤ ਸਿੰਘ ਸਿੱਧੂ 'ਤੇ ਠਹਿਰ ਗਈ। ਬਿਲਕੁਲ ਠੀਕ ਹੈ। ਸਪਸ਼ਟ ਹੈ ਕਿ ਕੇਜਰੀਵਾਲ ਦਿੱਲੀ ਚਲਾਊ ਜੀ, ਲੇਕਿਨ ਪੰਜਾਬ ਦੋਵਾਂ ਸਾਲਾਂ 'ਚ ਕਿਵੇਂ ਵਿਉਂਤਿਆ ਜਾਣਾ, ਇਹਦੀ ਜ਼ਿੰਮੇਵਾਰੀ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਜ਼ਿੰਮੇ ਲੈ ਲਈ, ਆਪਣੇ ਮੋਢਿਆਂ 'ਤੇ ਲੈ ਲਈ। ਔਰ ਇਹ ਬੜਾ ਦਿਲਚਸਪ ਹੈ ਜਾਣਨਾ ਕਿ ਪ੍ਰਸ਼ਾਂਤ ਕਿਸ਼ੋਰ ਨਰਿੰਦਰ ਮੋਦੀ ਦੀ ਖੋਜ ਹੈ ਅਤੇ ਨਰਿੰਦਰ ਮੋਦੀ ਤੋਂ ਹੁੰਦਾ ਹੋਇਆ ਉਹਦੇ ਕੱਟੜ ਵਿਰੋਧੀ ਬਣ ਗਏ। ਬਿਹਾਰ ਵਾਲੇ ਨਿਤੀਸ਼ ਕੁਮਾਰ ਨੂੰ ਜਿੱਤ ਦਵਾ ਦਿੰਦਾ, ਬਿਲਕੁਲ ਮਰਦੇ ਦੇ ਮੂੰਹ 'ਚ ਪਾਣੀ ਪੈਂਦਾ, ਅਤੇ ਫਿਰ ਉੱਥੋਂ ਕੈਪਟਨ ਅਮਰਿੰਦਰ ਸਿੰਘ ਵੱਲ ਮੁੜਦਾ। ਹਾਂ, ਅਤੇ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਤੋਂ ਬਾਅਦ ਉਹ ਸਿੱਧਾ ਦਿੱਲੀ ਪਹੁੰਚਦਾ। ਮਤਲਬ ਕਹਿ ਸਕਦੇ ਹੋ ਕਿ ਹਕੀਮ ਐਸਾ ਜਿਹਦੇ ਮੂੰਹ 'ਚ ਜਿਹਦੇ ਕੋਲ ਸੰਜੀਵਨੀ ਜ਼ਰੂਰ ਹੈ, ਜਿਹਦੇ ਮੂੰਹ 'ਚ ਪਾਉਂਦਾ ਆ, ਫਿਲਹਾਲ ਤਾਂ ਉਹ ਬਚੀ ਜਾਣ ਡਿਆ। ਨਹੀਂ, ਕੈਲਕੂਲੇਟਡ ਬਹੁਤ ਆ, ਬਹੁਤ ਮਾਹਿਰ ਆ ਇਕੁਏਸ਼ਨਸ ਦਾ, ਗਿਣਤੀਆਂ ਮਿਣਤੀਆਂ ਦਾ ਜੀ। ਔਰ ਜਿੱਤ ਉਹਦੀ ਆਦਤ ਹੈ। ਹਾਂ, ਉਹ ਕੌਡੀ ਉਹੀ ਦਾਅ 'ਤੇ ਲਾਉਂਦਾ, ਗੇਮ ਉਹੀ ਖੇਡਦਾ ਜਿਹੜੀ ਗੇਮ 'ਚ ਜਿੱਤਣ ਦੇ ਆਸਾਰ ਜ਼ਿਆਦਾ, ਰੌਲਾ ਨਹੀਂ ਹੁੰਦਾ ਉਹਦੇ ਕੋਲ। ਹਾਂ, ਉਹਦੇ ਕੋਲ ਰੌਲਾ ਨਹੀਂ। ਹੁਣ ਸਵਾਲ ਇਹ ਆ ਕਿ ਉਹ ਤਾਂ ਸਿਰਫ ਮੈਨੇਜਰ ਹੈ। ਬਿਲਕੁਲ ਸਹੀ ਗੱਲ, ਇਵੈਂਟ ਮੈਨੇਜਰ ਹੈ, ਮੈਨੇਜ ਕਰਦਾ ਚੀਜ਼ਾਂ। ਹਾਂ, ਹੁਣ ਪੰਜਾਬ ਇੱਕ ਵਾਰੀ ਉਹਦੇ ਲਈ ਪ੍ਰਯੋਗਸ਼ਾਲਾ ਰਹਿ ਚੁੱਕਿਆ। ਕੈਪਟਨ ਅਮਰਿੰਦਰ ਸਿੰਘ ਦੀ 17 ਵਾਲੀ ਇਲੈਕਸ਼ਨ ਦੇ ਵਿੱਚ ਉਹਨੇ ਪੰਜਾਬ 'ਚ ਕਈ ਪ੍ਰਯੋਗ ਕੀਤੇ। ਸਹੀ ਗੱਲ। ਔਰ ਉਸ ਪ੍ਰਯੋਗ ਦੇ ਵਿੱਚ ਉਹ ਸਫਲ ਰਿਹਾ, ਹਾਲਾਂਕਿ ਉਦੋਂ ਵੀ ਆਮ ਆਦਮੀ ਪਾਰਟੀ ਮੁਕਾਬਲੇ 'ਚ ਸੀ ਜੀ। ਉਦੋਂ ਵੀ ਇਹ ਗੱਲ ਸੀ ਕਿ ਪ੍ਰਸ਼ਾਂਤ ਕਿਸ਼ੋਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਦਾ ਕੀ ਕਾਟ ਕੱਢੂ। ਹਾਂ, ਲੇਕਿਨ ਉਹਨੇ ਦਿਖਾਤਾ ਕਿ ਤੁਸੀਂ ਚੀਜ਼ਾਂ ਨੂੰ ਆਪਣੇ ਢੰਗ ਨਾਲ ਮੈਨੇਜ ਕਰੋ। ਮੈਨੂੰ ਯਾਦ ਹੈ ਕਿ ਉਦੋਂ ਚੰਡੀਗੜ੍ਹੋਂ ਤਾਰ ਹਿਲਦੀ ਹੁੰਦੀ ਸੀ ਕਿ ਫਲਾਣੇ ਲੀਡਰ ਨੂੰ ਜਿਹੜਾ ਸ਼ਾਮਿਲ ਕਰ ਲਓ ਕਾਂਗਰਸ ਵਿੱਚ, ਕਿਹੜੇ ਹਲਕੇ ਦੇ ਵਿੱਚ ਕੀ ਕੀਤਾ ਜਾਣਾ, ਪ੍ਰਸ਼ਾਂਤ ਕਿਸ਼ੋਰ ਡਿਸਾਈਡ ਕਰਦਾ ਸੀ। ਦੇਖੋ, ਉਦੋਂ ਮੈਂ ਜੋ ਪ੍ਰਤੱਖ ਦੇਖਿਆ ਜੀ, ਉਦੋਂ ਇੱਕ ਸਿਰਫ ਇੱਕੋ ਜਿਹਨੂੰ ਕਹਿੰਦੇ ਨੇ ਇੱਕ ਲਾਈਨ ਦਾ ਏਜੰਡਾ ਸੀ ਜੀ, ਕਿ ਤਿੰਨ ਬੰਦੇ ਜਿਹੜੇ ਨੇ ਇਹ ਆਪਣੇ ਹਲਕੇ 'ਚੋਂ ਬਾਹਰ ਨਹੀਂ ਨਿਕਲਣ ਦੇਣੇ ਜੀ। ਨਾ ਉਹਨਾਂ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਹਲਕੇ 'ਚੋਂ ਬਾਹਰ ਨਿਕਲਣ ਦਿੱਤਾ ਜੀ, ਨਾ ਸੁਖਬੀਰ ਬਾਦਲ ਨੂੰ ਨਿਕਲਣ ਦਿੱਤਾ, ਨਾ ਇੱਥੇ ਬਿਕਰਮ ਮਜੀਠੀਆ ਨੂੰ ਨਿਕਲਣ ਦਿੱਤਾ ਜੀ। ਤਿੰਨੇ ਆਪੋ ਆਪਣੇ ਹਲਕਿਆਂ 'ਚ ਜਿਹੜੇ ਤਿੰਨੇ ਹੀ ਜਿਹੜੇ ਕਹਿ ਲਓ ਨਾ ਕਿ ਭਵਿੱਖ ਦਾ ਫੈਸਲਾ ਕਰਨ ਵਾਲੇ ਸੀਗੇ ਜੀ, ਬਾਕੀਆਂ ਦੀ ਜਾ ਕੇ ਭਾਗ ਜਗਾਉਣੇ ਸੀ, ਉਹ ਤਿੰਨੇ ਹੀ ਇੱਕ ਜਗ੍ਹਾ 'ਤੇ ਸੀਲ ਕਰਕੇ ਰੱਖ ਦਿੱਤੇ। ਮੈਂ ਇੱਕ ਗੱਲ ਦੋਸਤਾਂ ਨਾਲ ਸਾਂਝ ਪਾਉਣੀ ਚਾਹੂੰਗਾ ਕਿ ਪੁਖਤਾ ਹੈ ਇਹ ਗੱਲ ਕਿ 2017 ਤੋਂ ਪਹਿਲਾਂ ਇੱਕ ਮੀਟਿੰਗ ਸੁਖਬੀਰ ਸਿੰਘ ਬਾਦਲ ਦੀ ਪ੍ਰਸ਼ਾਂਤ ਕਿਸ਼ੋਰ ਨਾਲ ਹੋਈ ਸੀ। ਗੱਲ ਪੈਸੇ ਦੇ ਹਿਸਾਬ ਕਿਤਾਬ 'ਤੇ ਅੜ ਗਈ ਕਿ ਅਗਲੇ ਦਾ ਜਿਹੜਾ ਸਿਸਟਮ ਵੱਡਾ ਹੈ, ਬਿਲਕੁਲ ਉਹਦਾ ਬਜਟ ਵੱਡਾ, ਅਤੇ ਸੁਖਬੀਰ ਸਿੰਘ ਬਾਦਲ ਨੂੰ ਪਿਛਲੀ ਇਲੈਕਸ਼ਨ ਜਿੱਤਣ ਦਾ 12 ਵਾਲੀ ਦਾ ਗਰੂਰ ਬੜਾ ਸੀ ਜੀ। ਉਹ ਕਹਿੰਦਾ ਸਾਨੂੰ ਏਡੀ ਲੋੜ ਨਹੀਂ, ਅਸੀਂ ਸਾਡੀਆਂ ਗਿਣਤੀਆਂ ਹੁੰਦੀਆਂ ਜੀ। ਲੇਕਿਨ ਪ੍ਰਸ਼ਾਂਤ ਕਿਸ਼ੋਰ ਜਦੋਂ ਕੋਈ ਜ਼ਿੰਮੇਵਾਰੀ ਓੜਦਾ ਹੈ, ਜਦੋਂ ਕੋਈ ਜ਼ਿੰਮੇਵਾਰੀ ਲੈਂਦਾ, ਸੁਣਿਆ ਕਿ ਫਿਰ ਉਹ ਦੂਜੇ ਦਖਲ ਬਹੁਤਾ ਪਸੰਦ ਨਹੀਂ ਕਰਦਾ ਜੀ। ਔਰ ਇਹੀ ਇਸ ਵਾਰੀ ਕੇਜਰੀਵਾਲ ਨਾਲ ਹੋਇਆ। ਹਾਂ, ਕੇਜਰੀਵਾਲ ਦੀ ਜਿੱਤ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨਾਲ ਪਾਈ ਘੁੱਟ ਕੇ ਜੱਫੀ ਨੂੰ ਸਾਫ਼ ਹੈ ਕਿ ਉਹ ਕੇਜਰੀਵਾਲ ਪ੍ਰਸ਼ਾਂਤ ਕਿਸ਼ੋਰ ਨੂੰ ਪੂਰਾ ਕ੍ਰੈਡਿਟ ਦੇ ਰਿਹਾ। ਇਸ ਵਾਰੀ ਯੁੱਧ ਕੇਜਰੀਵਾਲ ਦੇ ਨਾਂ 'ਤੇ ਲੜਿਆ ਗਿਆ, ਲੇਕਿਨ ਯੁੱਧ ਪ੍ਰਸ਼ਾਂਤ ਕਿਸ਼ੋਰ ਨੇ ਲੜਿਆ। ਬਿਲਕੁਲ ਸਹੀ। ਹੁਣ ਉਹ ਇਸ ਪ੍ਰਯੋਗਸ਼ਾਲਾ, ਪੰਜਾਬ ਦੀ ਪ੍ਰਯੋਗਸ਼ਾਲਾ ਨੂੰ ਇੱਕ ਵਾਰੀ ਫਿਰ ਪਰਖ ਕਸੌਟੀ 'ਤੇ ਖਰਾ ਲਿਆਉਣਾ ਚਾਹੁੰਦਾ ਜੀ। ਔਰ ਸੁਣਿਆ ਕਿ ਕੇਜਰੀਵਾਲ ਨਾਲ ਗੱਲਬਾਤ ਦੇ ਦੌਰਾਨ ਹੀ ਇਹ ਗੱਲ ਫਾਈਨਲ ਹੋ ਗਈ ਸੀ ਕਿ ਇਸ ਤੋਂ ਬਾਅਦ ਚੁੱਪ ਨਹੀਂ ਬਹਿਣ ਦੀ ਲੋੜ। ਹੁਣ ਅਗਲਾ ਟਾਸਕ ਪੰਜਾਬ ਹੋਊਗਾ 2 ਸਾਲ ਬਾਅਦ, ਪ੍ਰਸ਼ਾਂਤ ਕਿਸ਼ੋਰ ਇਨ ਬਿਟਵੀਨ ਕਿਸੇ ਹੋਰ ਸਟੇਟ ਦੀ ਜ਼ਿੰਮੇਵਾਰੀ ਲੈਂਦਾ ਕਿ ਨਹੀਂ ਲੈਂਦਾ, ਲੇਕਿਨ ਪੰਜਾਬ ਲਈ ਉਹਨੇ ਇੱਕ ਮੰਗ ਕੇਜਰੀਵਾਲ ਦੇ ਅੱਗੇ ਰੱਖੀ, ਜਿਹਨੂੰ ਅਸੂਲਨ ਕੇਜਰੀਵਾਲ ਮੰਨ ਗਿਆ ਕਿ ਮੈਨੂੰ ਪੰਜਾਬ ਦੇ ਵਿੱਚ ਸਿੱਧੂ ਦੇ ਦਿਓ ਅਤੇ ਮੇਰੇ ਕੋਲ ਸਰਕਾਰ ਲੈ ਲਓ। ਦੇਖੋ, ਆਖਰ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਅਖੀਰ 'ਤੇ ਜਾ ਕੇ ਜੀ ਕੇਜਰੀਵਾਲ ਦਾ ਖੇਡਦਾ ਇੱਕ ਜੀ, ਉਹ ਦਾ ਕੇਜਰੀਵਾਲ ਦਾ ਹਰਗਜ ਨਹੀਂ ਸੀ। ਉਹ ਦਾ ਇਹੋ ਸੀ ਕਿ ਠੀਕ ਹੈ, ਤੁਸੀਂ ਆਪਣਾ ਮੁੱਖ ਮੰਤਰੀ ਸ਼ੋਅ ਕਰ ਦਿਓ ਜੀ। ਹਾਲਾਂਕਿ ਸਾਰਿਆਂ ਨੂੰ ਪਤਾ ਸੀ ਕਿ ਮੁੱਖ ਮੰਤਰੀ ਇਹਨਾਂ ਦੇ ਕੋਲ ਨਹੀਂ ਹੈ, ਲੇਕਿਨ ਉਹਨਾਂ ਨੇ ਉਦੋਂ ਤੱਕ ਉਹਨੂੰ ਛੇੜਿਆ ਨਹੀਂ ਹੈ ਜੀ, ਜਦੋਂ ਤੱਕ ਅਖੀਰ 'ਤੇ ਜਾ ਕੇ ਕਿਹਾ ਕਿ ਲਿਆਓ ਮੁੱਖ ਮੰਤਰੀ ਲਿਆਓ, ਕਿਹੜਾ ਇੱਕ ਲਾਈਨ ਦੇ ਉੱਤੇ ਮਾਤ ਦੇਣੀ ਹੈ। ਸਵਾਲ ਖੜਾ ਕਰਤਾ, ਸਵਾਲ ਖੜਾ ਕਰਤਾ, ਉਹ ਸਵਾਲ ਜਿਹਦਾ ਜਵਾਬ ਹੈ ਬਿਲਕੁਲ। ਜੇ ਇਹਨਾਂ ਨੇ ਉਹਨੂੰ ਅੱਤਵਾਦੀ ਕਿਹਾ, ਉਹ ਇਹਨਾਂ ਦੇ ਭਗਵਾਨ ਦੇ ਮੰਦਰ 'ਚ ਜਾ ਕੇ ਖਲੋ ਗਿਆ ਜੀ। ਉਹ ਤੋਂ ਵੱਧ ਇਹ ਨਹੀਂ ਸੀ ਕਹਿ ਸਕਦੇ ਵੀ ਤੂੰ ਉੱਥੇ ਕਿਉਂ ਗਿਆ ਜੀ। ਜੇ ਕਹਿੰਦੇ ਸੀ
ਤੇ ਤਾਂ ਮਰਦੇ ਸੀ, ਜੇ ਨਹੀਂ ਕਿਹਾ ਤੇ ਤਾਂ ਮਰ ਗਏ। ਅੱਛਾ ਸਰਦਾਰ ਜੀ, ਇਲੈਕਸ਼ਨ ਮੈਨੇਜਮੈਂਟ ਦਾ ਉਹ ਮਾਹਿਰ ਆ ਪ੍ਰਸ਼ਾਂਤ ਕਿਸ਼ੋਰ, ਹਾਂ ਉਹਨੂੰ ਚਿਹਰਾ ਚਾਹੀਦਾ ਹੁੰਦਾ, ਬਾਕੀ ਉਹ ਚਿਹਰੇ 'ਤੇ ਦਾ ਖੇਡਦਾ। ਹਾਂ ਨਰਿੰਦਰ ਮੋਦੀ ਦੀ ਤੁਹਾਨੂੰ ਜੇ 14 ਵਾਲੀ ਇਲੈਕਸ਼ਨ ਯਾਦ ਹੋਵੇ, ਤੁਹਾਨੂੰ ਵੀ ਯਾਦ ਹੋਊਗੀ, 300 ਸਕਰੀਨ ਇਕੱਠੀ ਚੱਲਦੀ ਸੀ ਪੂਰੇ ਦੇਸ਼ ਵਿੱਚ। ਸਹੀ ਗੱਲ। ਔਰ 300 ਜਗ੍ਹਾ ਰੈਲੀ, ਇੱਕ ਜਗ੍ਹਾ ਬੋਲਦੇ ਹਾਂ, 300 ਜਗ੍ਹਾ ਰੈਲੀ ਔਰਗੇਨਾਈਜ਼ ਹੋ ਜਾਂਦੀ ਸੀ ਜੀ। ਔਰ ਉਹ ਨਰਿੰਦਰ ਮੋਦੀ ਦਾ ਜਿਹੜਾ ਇੱਕ ਸ਼ਾਇਦ ਅੱਜ ਵੀ ਭਾਜਪਾ ਉਹੀ ਅਪਣਾਉਂਦੀ ਹੈ, ਜਿਹੜੇ ਮੀਡੀਆ ਨਾਲ ਜੁੜੇ ਨੇ ਉਹ ਜਾਣਦੇ ਨੇ ਕਿ ਜਦੋਂ ਮੀਡੀਆ ਹਾਊਸਿਸ ਨੂੰ, ਜਿਹੜੇ ਕਾਰਪੋਰੇਟ ਘਰਾਣੇ ਸੀ, ਮੀਡੀਆ ਹਾਊਸਿਸ ਨੂੰ ਟੀਵੀ ਚੈਨਲਾਂ ਦੇ ਆਫਿਸ ਦੇ ਵਿੱਚ ਹੀ ਰੈਲੀ ਦੀ ਫੀਡ ਮਿਲ ਰਹੀ ਹੋਵੇ, ਉਹਨਾਂ ਨੂੰ ਰੈਲੀ ਚਲਾ ਸਹੀ ਜਾਣ ਦੀ ਲੋੜ ਨਹੀਂ, ਉਹਨਾਂ ਨੂੰ ਰੈਲੀ ਚਲਾਉਣੀ ਔਖੀ ਨਹੀਂ। ਟਰਾਂਸਮੀਟਰ ਆਪਣੇ ਸੀ, ਹਾਂ ਓਬੀ ਵੈਨਸ ਆਪਣੀਆਂ ਸੀ, ਕੈਮਰੇ ਆਪਣੇ ਸੀ, ਔਰ ਹਰੇਕ ਜਿੱਥੋਂ ਜਿੱਥੋਂ ਪਲਾਨ ਕੀਤਾ ਗਿਆ ਸੀ ਕਿ ਕਿਹੜੀ ਚੀਜ਼ ਪੂਰੇ ਦੇਸ਼ ਵਿੱਚ ਦਿਖਾਉਣੀ ਆ। ਤੁਹਾਨੂੰ ਯਾਦ ਹੋਊ, ਕਦੇ ਲਾਈਨ ਲਾ ਕੇ 125 ਚੈਨਲ ਇੱਕੋ ਹੀ ਮੋਦੀ ਦੀ ਰੈਲੀ ਵਿਖਾਈ ਜਾਂਦਾ ਹੁੰਦਾ ਸੀ। ਠੀਕ ਹੈ। ਉਹਦਾ ਕਾਰਨ ਇਹ ਨਹੀਂ ਸੀ ਕਿ ਉਹ ਬੜੇ ਭਗਤ ਸੀ, ਹਾਂ ਉਹਦਾ ਕਾਰਨ ਸੀ ਕਿ ਅਗਲਿਆਂ ਨੂੰ ਘੰਟੇ ਘੰਟੇ ਦਾ ਕੰਟੈਂਟ ਘਰੇ ਬੈਠਿਆਂ ਮਿਲ ਰਿਹਾ ਸੀ ਤੇ ਨਾਲ ਸਰਕਾਰੀ ਇਸ਼ਤਿਹਾਰ ਮਿਲ ਰਹੇ ਸੀ, ਬੀਜੇਪੀ ਦੇ ਇਸ਼ਤਿਹਾਰ ਮਿਲ ਰਹੇ ਸੀ। ਸੋ ਦੋਸਤੋ, ਸਵਾਲ ਇਹ ਹੈ ਕਿ ਕੋਈ ਬੰਦਾ ਜਦੋਂ ਚੀਜ਼ਾਂ ਨੂੰ ਪਲਾਨ ਕਰਦਾ, ਮੈਨੇਜ ਕਰਦਾ ਤੇ ਕਿੱਦਾਂ ਹੁੰਦਾ। ਹੁਣ ਬੜੀ ਸਿੱਧੀ ਜੀ ਗੱਲ ਆ, ਇੱਕ ਬੰਨੇ ਭਾਰਤ ਸਰਕਾਰ ਹੈ ਜਿਹਦੇ ਰਿਸੋਰਸਿਸ ਅਥਾਹ ਨੇ ਜੀ, ਸਾਡੇ ਦੇਸ਼ ਦੀ ਸਰਕਾਰ ਕੋਲ ਇੰਨੇ ਕੁ ਸਾਧਨ ਨੇ, ਮਤਲਬ ਸਭ ਤੋਂ ਵੱਡੀ ਅੱਜ ਤਾਂ ਸੁਣਿਆ 14 ਕਰੋੜੀ ਹੋ ਗਈ ਭਾਰਤੀ ਜਨਤਾ ਪਾਰਟੀ, ਕਹਿੰਦੇ ਮੈਂਬਰ ਵੀ ਦੁਨੀਆ 'ਚ ਸਭ ਤੋਂ ਵੱਧ ਇਸ ਪਾਰਟੀ ਦੇ, ਉਹਦੇ ਕੋਲ ਆਪਣੇ ਫੰਡਸ ਦੀ ਵੀ ਕਮੀ ਨਹੀਂ। ਤੇ ਉਹਨਾਂ ਨੇ ਦਿੱਲੀ 'ਚ ਕਾਰਪੋਰੇਸ਼ਨ ਵਰਗੀ ਇਲੈਕਸ਼ਨ ਲੜਨੀ ਸੀ। ਸੋਚ ਕੇ ਦੇਖੋ ਕਿ ਕੇਜਰੀਵਾਲ ਦੇ ਮੁਕਾਬਲੇ ਮੀਡੀਆ 'ਚ, ਸੋਸ਼ਲ ਮੀਡੀਆ 'ਤੇ ਔਰ ਗਰਾਊਂਡ ਜ਼ੀਰੋ 'ਤੇ ਸਭ ਤੋਂ ਵੱਧ ਜੇ ਕੇਜਰੀਵਾਲ ਨਜ਼ਰ ਆਇਆ, ਇਹਦਾ ਮਤਲਬ ਹੈ ਕਿ ਉਹਨਾਂ ਦੇ ਸਾਰੇ ਰਿਸੋਰਸਿਸ ਧਰੇ ਧਰਾਏ ਰਹਿ ਗਏ। ਇੱਕ ਬੰਨੇ ਮੈਨੇਜਮੈਂਟ ਸੀ, ਦੂਜੇ ਬੰਨੇ ਪੈਸਾ ਅਤੇ ਤਾਕਤ ਸੀ, ਲੇਕਿਨ ਜਿੱਤੀ ਮੈਨੇਜਮੈਂਟ, ਜਿੱਤਿਆ ਚਿਹਰਾ। ਔਰ ਦੇਖੋ 2017 ਦੇ ਵਿੱਚ ਮੈਂ ਖੁਦ ਦੇਖਿਆ ਕਿ ਜਿੱਥੇ ਕਿਤੇ ਵੀ ਅੰਮ੍ਰਿਤਸਰ 'ਚ ਪ੍ਰਸ਼ਾਂਤ ਕਿਸ਼ੋਰ ਆਇਆ ਇੱਕ ਵਾਰੀ ਜੀ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੱਥੇ ਸਾਰੇ ਹਲਕੇ ਦੇ ਆਗੂ ਇਕੱਠੇ ਕੀਤੇ ਸਨ ਜੀ, ਔਰ ਉਹਨੇ ਕਿਸੇ ਨੂੰ ਕੋਈ ਸਵਾਲ ਨਹੀਂ ਕੀਤਾ। ਮੈਂ ਬਹੁਤੇ ਵਿਧਾਇਕ ਜਿਹੜੇ ਉਮੀਦਵਾਰ ਸੀ, ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਕਿਹਾ ਤੁਹਾਡੀ ਕੋਈ ਗੱਲਬਾਤ, ਕੋਈ ਸਿਟਿੰਗ ਨਹੀਂ ਹੋਈ? ਕਹਿੰਦੇ ਜੀ ਸਾਡੀ ਕਲਾਸ ਜਿਹੜੀ ਸੀ ਉਹ ਤਾਂ 2 ਸਾਲ ਪਹਿਲਾਂ ਲੈ ਚੁੱਕਾ ਹੈ ਜੀ ਜੀ, ਜੋ ਇਹਨੇ ਸਾਡੇ ਕੋਲ ਕਰਾਉਣਾ ਸੀ, ਜੋ ਇਹਨੇ ਸਾਡੇ 'ਚ ਵੇਖਣਾ ਸੀ, ਉਹਦੇ ਲਈ ਇੱਕ ਨਿਰੰਤਰ ਪਰਫੋਰਮਾ ਜਿਹੜਾ ਸੀ ਇਹਦੇ ਕੋਲ ਜਾ ਰਿਹਾ ਸੀ ਜੀ, ਸਾਡੀ ਰਿਪੋਰਟ ਇਹ ਲੈ ਰਿਹਾ ਸੀ। ਔਰ ਜਦੋਂ 2017 ਦੀ ਚੋਣ ਹੁੰਦੀ ਆ, ਮੈਂ ਖੁਦ ਇਸ ਗੱਲ ਦਾ ਗਵਾਹ ਹਾਂ ਕਿ ਕਈ ਜਗ੍ਹਾ 'ਤੇ ਐਸੇ ਵੀ ਲੋਕ ਸਨ ਇਹਦੇ ਜਿਹੜੇ ਮੁੰਡੇ ਨਾਲ ਤੁਰਦੇ ਸਨ ਵੱਖ ਵੱਖ ਹਲਕਿਆਂ ਦੇ ਵਿੱਚ, ਤਿੰਨ ਤਿੰਨ ਚਾਰ ਚਾਰ ਹਲਕੇ ਮੈਨੇਜ ਕਰਦੇ ਸਨ, ਉਹਨਾਂ ਦਾ ਕੰਮ ਸਿਰਫ ਇਹ ਸੀ ਕਿ ਆਹ ਜਿਹੜੀ ਖਬਰ ਵਿਰੋਧੀ ਨੇ ਦਿੱਤੀ ਆ ਇਹਨੂੰ ਹੁਣੇ ਕਾਊਂਟਰ ਕਿੱਦਾਂ ਕਰਨਾ ਜੀ, ਇਹਦਾ ਜਵਾਬ ਕੀ ਦੇਣਾ। ਉੱਧਰੋਂ ਜਵਾਬ ਦਿੱਤਾ ਜਾਂਦਾ ਸੀ 30 ਸੈਕਿੰਡ ਦੀ ਵੀਡੀਓ ਦੇ ਵਿੱਚ ਜਾਂ ਆਡੀਓ ਦੇ ਵਿੱਚ, ਔਰ ਉਹਦੇ ਨਾਲ ਹੀ ਦਵਾ ਦਵ ਕੈਪਸ਼ਨ ਬਣ ਬਣ ਕੇ ਗਾਂਹ ਤੁਰਦੇ ਸੀ ਕੰਟਰੋਲ ਨੂੰ। ਅੱਛਾ, ਫਿਰ ਸਰਦਾਰ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਬੂਥ ਮੈਨੇਜਮੈਂਟ ਤੱਕ ਉਸ ਬੰਦੇ ਨੇ, ਉਹਦੀ ਟੀਮ ਨੇ, ਕਹਿੰਦੇ ਸੀ ਕੋਈ 500 ਮੈਂਬਰੀ ਟੀਮ ਹੈ ਜੀ, ਪਹਿਲਾਂ 300 ਹੁੰਦੀ ਸੀ ਫਿਰ ਬੰਦੇ ਵਧਾਏ ਗਏ, ਬਿਲਕੁਲ, ਕਿ ਉਹਦੀ ਜਿਹੜੀ ਟੀਮ ਸੀਗੀ ਉਹਨੇ ਬੂਥ ਪੱਧਰ ਦੀ ਜਿਹੜੀ ਡਾਟਾ ਸੀ ਕਾਂਗਰਸੀ ਵਰਕਰਾਂ ਦਾ, ਬੂਥ ਇੰਚਾਰਜਾਂ ਦਾ, ਉਹ ਕਲੈਕਟ ਕੀਤਾ ਸਭ ਕੁਛ, ਕਿਸ ਬੂਥ 'ਤੇ ਕਿੰਨੇ ਬਹਿਣਾ, ਕੀ ਹੋਣਾ। ਅੱਛਾ ਹੁਣ ਸਰਦਾਰ ਸਾਹਿਬ, ਮੁੱਦਾ ਕੀ ਹੈ ਕਿ ਇਸ ਵਾਰੀ ਉਹ ਪ੍ਰਸ਼ਾਂਤ ਕਿਸ਼ੋਰ, ਜਿਹੜਾ ਪ੍ਰਸ਼ਾਂਤ ਕਿਸ਼ੋਰ ਪਿਛਲੀ ਵਾਰੀ ਕੈਪਟਨ ਦੇ ਚਿਹਰੇ 'ਤੇ ਇਲੈਕਸ਼ਨ ਲੜ ਜਾਂਦਾ, ਇਸ ਵਾਰੀ ਜੇ ਨਵਜੋਤ ਸਿੰਘ ਸਿੱਧੂ ਦੇ ਚਿਹਰੇ 'ਤੇ ਇਲੈਕਸ਼ਨ ਲੜਦਾ, ਕੇਜਰੀਵਾਲ ਨੂੰ ਕਨਵਿੰਸ ਕਰ ਲੈਂਦਾ, ਅਤੇ ਮੈਂ ਜੋ ਦੇਖ ਰਿਹਾ ਕਿ ਹੁਣ ਨਵਜੋਤ ਸਿੰਘ ਸਿੱਧੂ ਦੀ ਕੀ ਡਿਊਟੀ ਹੈ, ਮੈਨੇਜ ਕਰਨਾ ਕਿਸੇ ਚਿਹਰੇ ਨੂੰ, ਕਿਸੇ ਵਿਚਾਰਧਾਰਾ ਨੂੰ ਆਸਾਨ ਹੋ ਸਕਦਾ, ਉਹ ਕਿਸੇ ਟੈਕਨੀਕਲੀ ਸਾਊਂਡ ਬੰਦੇ ਲਈ ਚੁਟਕੀ ਦਾ ਕੰਮ ਹੈ, ਕਿਉਂਕਿ ਹੁਣ ਤਾਂ ਉਹਨੂੰ ਹੋ ਵੀ 8-10 ਸਾਲ ਗਏ ਇਸ ਕੰਮ 'ਚ, ਲੇਕਿਨ ਪੰਜਾਬ ਨੂੰ ਯਾਰੋ ਮੈਨੇਜ ਕਰਨਾ ਸਭ ਤੋਂ ਟੇਢੀ ਖੀਰ ਆ ਜੀ। ਪੰਜਾਬ 'ਚ ਸੱਤਾ ਬਦਲਣੀ ਕੋਈ ਵੱਡੀ ਗੱਲ ਨਹੀਂ, 5 ਸਾਲ ਬਾਅਦ ਬਦਲਦੀ ਆ, ਇੱਕ ਵਾਰੀ ਸੁਖਬੀਰ ਬਾਦਲ ਦੀ ਮੈਨੇਜਮੈਂਟ ਚੱਲੀ ਸੀ, 2 ਵਾਰੀ ਹੋ ਗਿਆ, ਮੰਨਣਾ ਪਊ ਕਿ ਸੁਖਬੀਰ ਬਾਦਲ ਦਾ ਜਮ੍ਹਾਂ ਜੋੜ ਉਹਦੇ 'ਚ ਚੱਲਿਆ ਸੀ, ਲੇਕਿਨ ਉਹਦੇ ਵਿੱਚ ਵੀ ਸੁਖਬੀਰ ਬਾਦਲ ਦੀ ਕਾਮਯਾਬੀ ਨਾਲੋਂ ਕਾਂਗਰਸ ਦਾ ਫੇਲੀਅਰ ਜ਼ਿਆਦਾ ਸੀ ਜੀ। ਠੀਕ ਹੈ ਜੀ, ਇਸ ਵਾਰੀ ਜੇਕਰ ਕੇਜਰੀਵਾਲ ਨਵਜੋਤ ਸਿੰਘ ਸਿੱਧੂ 'ਤੇ ਸਹਿਮਤ ਹੋ ਜਾਂਦੇ, ਨਵਜੋਤ ਸਿੰਘ ਸਿੱਧੂ ਬਿਨਾਂ ਹੀਲ ਹੋ ਜਿੱਤ ਹੋਇਆ ਕੇਜਰੀਵਾਲ ਨੂੰ ਸਹਿਮਤੀ ਦੇ ਦਿੰਦੇ ਆ, ਭਗਵੰਤ ਮਾਨ ਨੂੰ ਮਨਾ ਲਿਆ ਜਾਂਦਾ ਅਤੇ ਹਮ ਖਿਆਲ ਲੋਕ ਸ਼ਾਮਿਲ ਕਰ ਲਏ ਜਾਂਦੇ ਆ ਜਿਹੜੇ ਰੁੱਸ ਰੱਸ ਕੇ ਇੱਧਰ ਉੱਧਰ ਦੂਜਿਆਂ ਧਿਰਾਂ 'ਚ ਚਲੇ ਗਏ। ਪੰਜਾਬ ਦੇ ਵਿੱਚ ਸੱਤਾ ਪਰਿਵਰਤਨ ਕੋਈ ਔਖਾ ਨਹੀਂ, ਕਿਉਂਕਿ ਪੰਜਾਬੀ ਪੱਬਾਂ ਭਾਰ ਨੇ ਕਿਸੇ ਤੀਜੀ ਧਿਰ ਨਾਲ ਜਾਣ ਲਈ, ਲੇਕਿਨ
किस विचारधारा किस मुद्दे के आधार पर तुसी लोगों च जाना जी, तुसी जाना प्रशांत किशोर कोल जाणदे तरीके बड़े आ, सोशल मीडिया नूं किदां मैनुपुलेट करना उन्हूं आउंदा हो सकदा, इलैक्ट्रॉनिक मीडिया च किहड़ी सुरखी कदों चलाउणी आउंदी हो सकदी है, अखबारां किवें मैनेज करनियां, पैसे नाल चलदा काम। लेकिन अखीरी सवाल यह होगा कि कंपेन मैनेज हो जू, जित दर्ज करती जाऊगी, लेकिन सरदार जी नवजोत सिंह सिद्धू कोल पंजाब नूं बदलन लई पंजाब लई कोई एजेंडा होवे उह सब तों अहम आ। जे प्रशांत किशोर जिम्मेवारी ओढ़ लैंदा तो नवजोत सिंह सिद्धू नूं वी हुण जिम्मेवारी ओढ़ लैणी चाहीदी आ कि पंजाब दीआं मुश्किलां लई उहनूं वख-वख खेतरां दे माहिरां नूं तोर लैणा चाहीदा। देखो दो जगह ते फैसला होणा जी, दो जगह ते, क्योंकि एक वार केजरीवाल तों पंजाब दे लोक खफा ने, बिल्कुल खफा ने, एक वार उहदे तों खफा ने, ते माफ करना असीं कह सकदे कि पिछले 6-7 महीने तो सिद्धू नाल वी थोड़े बहुते नाराज ने कि चुप क्यों, नाराज जरूर ने उहदी चुप नूं लै के जी। अगर जो हालात कप्तान साहब दे ने, जो उन्हां दे अंदर दे खेमे दे ने, जिस तरह वो एक दूजे नूं हुण शक दी निगाह नाल वेखण लग पए ने जी, सारी कोई नहीं, कोई इधरों बोलदा कोई उधरों बोलदा, वक्खरी गल है कि मीडिया जिहड़ा बहुता उछालदा नहीं क्योंकि जे सरकार दे लोड़ रहिंदी है जी, लेकिन अंदर हालात जिहड़े ने सब अच्छा नहीं है जी। चाहे तुसीं माझे की गल करो, चाहे मालवे की करो, चाहे दुआबे की करो, किधरे ना किधरे कोई ना कोई एक दूजे की लत जरूर खिंचनी है ना लगे हुए ने जी। और अजिहे हालातों के जदों नवजोत सिंह सिद्धू ना तो हरियाणे जाने खुश है ना उत्थे, उहदा किते ना किते जिहड़ा एक नकाती जिहड़ा एजेंडा है इस दे कि जद तक कप्तान मैनू प्रवान नहीं करता मैं नहीं जा रहा, उहदा एक नकाती एजेंडा तो यही आ। हाईकमान तो कही जा रही है, लेकिन घट्टो घट वह ये जरूर कह रहा कि जे तुसीं मैनू उदों लैण दा बाईयर तो मैनू थले नहीं प्रवान किया गया इन्हां वल्लों तो फिर मेरा की आ। मैं हुण जे हाईकमान ही उन्हूं प्रवान करती है केजरीवाल की तो फिर उहदा सरदार जी तुसीं आपां दा दिल्ली की इलैक्शन जदों शुरू हुंदी है जी तो चोण कमिशन वालों पे कांग्रेस की भेजी लिस्ट प्रवान करके स्टार प्रचारकों की सूची जगजार होंगी, बिल्कुल ठीक है, तो असी अपने स्रोतों तो यह दस्या कि नवजोत सिंह सिद्धू नहीं जा रहे। सही गल, तुहानू याद है कि असी एक पूरा एपीसोड इस गल्ल ते भी कीता सी जे नवजोत सिंह सिद्धू की केंद्रीय हाईकमांड नाल गलबात चल रही थी कि सिद्धू सियासत दे विच कांग्रेस दे विच पंजाब सरकार च शामिल हो जाए, लेकिन सिद्धू मन्निया नहीं सी, नहीं मन्निया। एक दिन ऐसी खबर सी ABP जिहड़ा मेन धारा दा नैशनल चैनल आ उहदे उत्ते कि नवजोत सिंह सिद्धू 24 घंटिआं च सौं चुक रिहा। सही गल, और उहदे विच उहनां दे बड़े जिम्मेवार लोग सी, उहदे च उस गल च सच्चाई सी, असी क्योंकि उस गल सानूं पता सी कि नवजोत सिंह सिद्धू सहमति नहीं दे रहा। सवाल तो यह है कि अज साडियां उही पुरानियां गल्लां, हाँ कई बार हुंदा दोस्तों कि तुसी सोचते होवोगे कि कई चीज़ां मन घड़त हो जांदियां, लेकिन इंज नहीं, साडे वर्गे मंचां ते बैठे लोगों कोले जिहड़े स्रोत है वह आप मुहारे पुज जांदे। अज भी एक हिंदी की अखबार ने विशेष करके लिखिया, चंडीगढ़ तो खबर आ जी कि जो कुछ दिल्ली दे विच होया जी, जिस तरह दिल्ली दे विच हाईकमान कांग्रेस की जिहड़ी आ वह आपस विच तकरार दे विच सामने आई है जी, भी हाईकमान वाले भी कहिंदे आ कि हुण सिद्धू जिहड़ा आ वह कितें जा रहा साडे। नहीं मैं सरदार जी जिहड़ी गल करन लग्गिया सी कि जदों असीं पिछली वारी गल कीती सी असीं तां अपने दोस्तां नूं दसना चाहवांगे, साडे स्रोत तां सानूं पता है, असीं फिर तुहानूं रिपीटडली गल करन लगे हां कि बहुत वारी जिहड़ियां बहुत टॉप सीक्रेट चीज़ां वह भी तुहाडे कोल बाहर आ जांदियां इस नज़रिए तों कि यह डिबेट का हिस्सा हो जाण जी, और यह जाण बुझ के तुहाडे खेमे च तुहाडे पाले च मीडिया के दायरिया च सुटतियां जांदियां खलारतियां जांदियां, और जिथे 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 क्रैडिबिलिटी का मसला है असी सानूं माण ते इस अपने आप ते जिहड़ा एक बड़ा फखर है कि तुसीं सानूं मुहब्बत करदे हो, तुहाडी मुहब्बत तुहाडे विश्वास के कारण कई बारी साडे कोल आप मुहारे जानकारी पहुँच जाती है कि कित्थे की वापर रहा कि तुसीं क्योंकि उस क्रैडिबिलिटी के नाल शामिल हो। सवाल यह सरदार साहब कि उदों भी यह गल कन्फर्म सी कि सिद्धू लई एक ताणा बाणा बुन लिया गया, लेकिन सिद्धू कह रहा कि किन्ने दिन किन्ने दिन पहला साडा जिहड़ा आपसी विश्वास है हाँ। जदों अगला मेरे ते यकीन नहीं करता ते मैं उहदे नाल चल किवें सकदा। 2014 च जदों सिद्धू नूं बाहर कर दिता जांदा जी, तकरीबन सिद्धू नूं बाहर करन दी पंजाब दी सियासत चों जिहड़ी सारी खेड है वह 2012 शुरू हो जांदी है, अकालियां ने
ਸੁਖਬੀਰ ਹੋਣਾ ਨੇ ਹਾਂਜੀ ਤੇ ਨਾਲ ਭਾਜਪਾ ਰਲ ਗਈ ਜੀ ਔਰ ਬਾਹਰ ਕਰਨ ਦੀ ਖੇਡ ਤੁਰੀ ਜਾਂਦੀ ਹੈ ਜੀ ਔਰ ਸਿੱਧੂ ਉਹ ਤੋਂ ਬਾਅਦ ਕਦੋਂ ਵਾਪਸ ਆਉਂਦਾ 2017 ਚ ਔਰ ਤੋਂ ਪਹਿਲਾਂ ਕਿੰਨੀ ਵਾਰੀ ਇੱਕ ਸੋਆ ਆਈਆਂ ਕਿ ਕੇਜਰੀਵਾਲ ਦੇ ਨਾਲ ਗੱਲ ਹੋ ਗਈ ਆ ਗੱਲ ਹੋ ਗਈ ਆ ਲੇਕਿਨ ਉਹ ਗੱਲ ਨੇਪਰੇ ਨਹੀਂ ਚੜੀ ਜੀ ਸਾਫ ਹੈ ਕਿ ਕੇਜਰੀਵਾਲ ਹੋ ਸਕਦਾ ਮੰਨਦਾ ਹੋਵੇ ਥੱਲੇ ਦੀ ਲੀਡਰਸ਼ਿਪ ਨਹੀਂ ਜਾਂ ਥੱਲੇ ਦੀ ਲੀਡਰਸ਼ਿਪ ਜਿਹੜੀ ਸੀ ਉਹ ਆਪਣੇ ਆਪ ਨੂੰ ਵੇਖਣਾ ਚਾਹੁੰਦੀ ਸੀ ਪਰਖਣਾ ਚਾਹੁੰਦੀ ਸੀ ਜੀ ਜੀ ਜੋ ਕੁਛ ਉਹ ਲੀਡਰਸ਼ਿਪ ਜਿਹੜੀ ਕੇਜਰੀਵਾਲ ਨੂੰ ਉਸ ਵੇਲੇ ਰਾਹਾਂ 'ਤੇ ਤੋਰ ਰਹੀ ਸੀ ਜੀ ਉਹ ਲੀਡਰਸ਼ਿਪ ਅੱਜ ਜਿਹੜੀ ਆ ਉਹਦੇ 'ਚੋਂ ਵੀ ਕੁਛ ਲੋਕ ਕਿਰ ਚੁੱਕੇ ਨੇ ਜੀ ਜੀ ਜੇ ਅਸੀਂ ਮੰਨ ਲਈਏ ਤਾਂ ਸੁਖਪਾਲ ਸਿੰਘ ਖਹਿਰਾ ਉਸ ਵੇਲੇ ਨਾਲ ਸਨ ਜੀ ਪਿਛਾਂ ਨੇ ਡਾਕਟਰ ਗਾਂਧੀ ਪਿਛਾਂ ਨੇ ਔਰ ਇਸੇ ਤਰ੍ਹਾਂ ਚਾਹੇ ਬੈਂਸ ਭਰਾ ਜਿੱਧਰ ਮਰਜ਼ੀ ਨੇ ਪਿਛਾਂ ਨੇ ਸੁੱਚਾ ਸਿੰਘ ਛੋਟੇਪੁਰ ਦਾ ਨਾਂ ਬੋਲਦਾ ਸੀ ਕਦੇ ਸਭ ਕੁਛ ਖਿੰਡਰ ਚੁੱਕਾ ਔਰ ਅੱਜ ਅਗਰ ਕੇਜਰੀਵਾਲ ਨੂੰ ਇਹ ਲੱਗਦਾ ਕਿ ਅਸੀਂ ਕਿਸੇ ਦਾ ਸਹਾਰਾ ਲੈ ਕੇ ਜਾਂ ਕਿਸੇ ਦੀਆਂ ਸੇਵਾਵਾਂ ਲੈ ਕੇ ਇੱਕ ਮੁਕਾਮ ਤੱਕ ਪੁੱਜੇ ਹਾਂ ਅਤੇ ਜੇ ਅਗਾਂਹ ਆਪਣੀ ਰਣਨੀਤੀ ਅਪਣਾਉਣੀ ਆ ਜੀ ਜਾਂ ਆਪਣਾ ਭਵਿੱਖ ਜਿਹੜਾ ਅਗਾਂਹ ਵਧਾਉਣਾ ਆ ਸਫਲ ਕਰਨਾ ਹੈ ਤਾਂ ਫਿਰ ਕੁਛ ਨਾ ਕੁਛ ਇਹ ਜ਼ਰੂਰ ਸਥਾਪਿਤ ਕਰਨਾ ਪਵੇਗਾ ਕਿ ਆਖਰ ਕਿਹੜਾ ਚਿਹੜਾ ਸਦਾ ਸਰ ਬਹੁਤ ਇਹਨਾਂ ਦਿਨਾਂ 'ਚ ਜਿਹੜੀ ਸਿਆਸੀ ਗਲਿਆਰਿਆਂ 'ਚ ਜਿਹੜੀ ਚੀਜ਼ ਵਾਰ ਵਾਰ ਚੱਕਰ ਕੱਟ ਰਹੀ ਆ ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਚਿਹਰਾ 'ਤੇ ਬਣਾਇਆ ਜਾ ਸਕਦਾ ਬੀਜੇਪੀ ਦੇ ਵੱਡੇ ਚਿਹਰੇ ਨੂੰ ਮੋਦੀ ਨੂੰ ਮਾਤ ਦੇਣ ਲਈ ਕੇਜਰੀਵਾਲ ਨੂੰ ਉਭਾਰਨ ਲਈ ਉਹ ਕੁਰਬਾਨੀ ਕਰ ਸਕਦਾ ਕੇਜਰੀਵਾਲ ਜੀ ਉਹ ਆਪਣੀ ਜਿੱਦ ਛੱਡ ਸਕਦਾ ਉਹ ਸਿੱਧੂ ਨੂੰ ਅਪਣਾ ਸਕਦਾ ਇਹ 'ਚ ਕਦੋਰਾਵਾਂ ਨੇ ਬਿਲਕੁਲ ਸਹੀ ਗੱਲ ਲੇਕਿਨ ਹੁਣ ਅਗਲੀ ਜਿਹੜੀ ਦੇਖਣ ਵਾਲੀ ਗੱਲ ਆ ਕਿ ਅਗਲੇ ਦਿਨੀ ਪੰਜਾਬ ਜੰਗ ਦਾ ਮੈਦਾਨ ਬਣਨ ਵਾਲਾ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਕੇਜਰੀਵਾਲ ਮੋਦੀ ਦੀ ਕੁਰਸੀ ਨੂੰ ਹੱਥ ਪਾਉਣ ਲਈ ਵਾਇਆ ਪੰਜਾਬ ਨਿਕਲਣਾ ਚਾਹੂਗਾ ਜੀ ਤੇ ਬੀਜੇਪੀ ਅਛੂਤੀ ਨਹੀਂ ਰਹੂਗੀ ਪੰਜਾਬ ਨਾ ਨਾ ਬਿਲਕੁਲ ਨਹੀਂ ਸੋ ਪੰਜਾਬ ਜੰਗ ਦਾ ਮੈਦਾਨ ਬਣੂਗਾ ਸਿਆਸੀ ਜੰਗ ਦਾ ਇਸ ਜੰਗ 'ਚ ਜਿਨ੍ਹਾਂ ਨੇ ਅੱਜ ਰਾਜਾ ਸਾਂਸੀ ਰੈਲੀ ਕੀਤੀ ਆ ਬਾਦਲ ਸਾਹਿਬ ਗਰਜੇ ਆ ਉਸ 'ਤੇ ਵੀ ਗੱਲ ਕਰਾਂਗੇ ਜੀ ਲੇਕਿਨ ਕੀ ਇਹ ਲੋਕ ਜਿਹੜੇ ਦੋ ਸੱਤਾਧਾਰੀ ਧਿਰਾਂ ਨੇ ਜਿਨ੍ਹਾਂ ਨੂੰ ਉਖਾੜਨ ਲਈ ਪੰਜਾਬ ਦੇ ਲੋਕ ਵੀ ਇਸ ਵੇਲੇ ਲੰਗੋਟ ਬੰਨੀ ਫਿਰਦੇ ਆ ਦੇਖੋ ਇੱਕ ਹੁੰਦੀ ਹੈ ਗੱਲ ਸਰਦਾਰ ਸਾਹਿਬ ਕਿ ਵਿਚਾਰਧਾਰਾ ਨੂੰ ਵਿਚਾਰਧਾਰਾ ਮਾਰਦੀ ਹੈ ਬਿਲਕੁਲ ਪਾਰਟੀ ਨਾਲ ਪਾਰਟੀ ਲੜਦੀ ਆ ਲੇਕਿਨ ਇਸ ਵੇਲੇ ਹਾਲਾਤ ਇਹ ਆ ਕਿ ਪੰਜਾਬ ਦੇ ਲੋਕ ਲੜਨ ਨੂੰ ਤਿਆਰ ਆ ਜਦੋਂ ਲੋਕ ਮਿਲਦੇ ਨਾ ਨਾਲ ਅਤੇ ਕੋਈ ਢੰਗ ਦਾ ਲੀਡਰ ਮਿਲ ਜਾਵੇ ਫਿਰ ਉਹ ਉਲਟ ਪੁਲਟ ਕਰ ਦਿੰਦੇ ਆ ਨਹੀਂ ਲੇਕਿਨ ਇੱਕ ਚੀਜ਼ ਜਿਹੜੀ ਮੇਰੇ ਮਨ 'ਚ ਜਿਹੜੀ ਸ਼ੰਕਾ ਰਹੇਗੀ ਜੀ ਉਹ ਇਹੀ ਰਹੇਗੀ ਕਿ ਜਿਸ ਤਰ੍ਹਾਂ 2019 ਦੀ ਚੋਣ ਆਈ ਜੀ ਜਿਸ ਜਜ਼ਬੇ ਦੇ ਨਾਲ ਸਿੱਧਾ ਹੋ ਕੇ ਮੋਦੀ ਨੂੰ ਨਵਜੋਤ ਸਿੱਧੂ ਮੁਖਾਤਬ ਹੁੰਦਾ ਸੀ ਜੀ ਹਰ ਮੰਚ ਦੇ ਉੱਤੇ ਰਾਹੁਲ ਗਾਂਧੀ ਤੋਂ ਵੀ ਉਹ ਅਗਾਂਹ ਨਿਕਲ ਜਾਂਦਾ ਸੀ ਗੱਲ ਕਹਿਣ ਲੱਗਾ ਜੀ ਕਾਂਗਰਸ ਹਾਈਕਮਾਨ ਤੋਂ ਬਹੁਤ ਅਗਾਂਹ ਨਿਕਲ ਜਾਂਦਾ ਸੀ ਕਾਂਗਰਸ ਦੇ ਜਿਹੜੇ ਪੁਰਾਣੇ ਕਾਗਜ਼ ਸੀਗੇ ਚੁੱਪ ਦੜ ਵੱਟ ਕੇ ਹੌਲੀ ਹੌਲੀ ਬੋਲਦੇ ਸੀ ਉਸ ਵੇਲੇ ਕਿਤੇ ਨਾ ਕਿਤੇ ਇਹ ਸੀ ਕਿ ਜੇ ਸਿੱਧੂ ਥੋੜ੍ਹਾ ਜਿਹਾ ਤੇਜ਼ ਹੈ ਕੋਈ ਮੁਸ਼ਕਲ ਆਉਂਦੀ ਤਾਂ ਪਾਰਟੀ ਮਗਰ ਖੜ੍ਹੀ ਸੀ ਹਾਈਕਮਾਨ ਖੜ੍ਹੀ ਸੀ ਜੀ ਲੇਕਿਨ ਪਿਛਲਾ ਜਿਹੜਾ ਆ 6-7 ਮਹੀਨੇ ਦਾ ਜਿਹੜਾ ਸਮਾਂ ਆ ਇਹਦੇ ਵਿੱਚ ਕਾਂਗਰਸ ਹਾਈਕਮਾਨ ਜਿਹੜੀ ਆ ਉਹ ਆਪਣੇ ਇੱਕ ਮੁੱਖ ਮੰਤਰੀ ਦੇ ਸਾਹਮਣੇ ਮਜਬੂਰ ਹੋ ਗਈ ਜੀ ਔਰ ਜੇ ਤੁਸੀਂ ਇਜਾਜ਼ਤ ਦਿਓ ਤਾਂ ਅੱਜ ਇਹੀ ਹਾਲਤ ਜਿਸ ਦਿਨ ਨਵਜੋਤ ਸਿੱਧੂ ਨੂੰ ਪੰਜਾਬ 'ਚ ਲਿਆਂਦਾ ਜਾਵੇਗਾ ਮੰਨ ਲਓ ਜੇ ਲਿਆਉਂਦੇ ਨੇ ਕੇਜਰੀਵਾਲ ਤਾਂ ਫਿਰ ਪੰਜਾਬ ਦੇ ਵਿੱਚ ਵੀ ਜਿਹੜੇ ਪਹਿਲਾਂ ਤੋਂ ਕੇਜਰੀਵਾਲ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਲੈਣਾ ਬਣਦਾ ਕਈ ਪੈਦਾ ਹੋ ਜਾਂਦੇ ਆ ਜਦੋਂ ਦੇਖੋ ਜਦੋਂ ਲੱਗਾ ਨਾ ਲੱਗੇ ਸੱਤਾ ਆਉਣ ਵਾਲੀ ਆ ਅਤੇ ਕਈ ਸੈਲਫ ਸਟਾਈਲ ਮੁੱਖ ਮੰਤਰੀ ਆ ਜਾਂਦੇ ਨੇ ਫਿਰ ਸਰਦਾਰ ਜੀ ਇੱਕ ਹੋਰ ਚੀਜ਼ ਉਹਨਾਂ ਨੂੰ ਸਮਝਾਉਣਾ ਵੀ ਕੇਜਰੀਵਾਲ ਦੇ ਜ਼ਿੰਮੇ ਰਹੇਗਾ ਸਰਦਾਰ ਜੀ ਇੱਕ ਹੋਰ ਚੀਜ਼ ਆ ਦੇਖੋ ਇਹ ਇੱਕ ਸੱਚ ਆ ਅਸੀਂ ਸੰਭਾਵਨਾਵਾਂ ਦੀ ਗੇਮ ਤੋਂ ਅੱਗੇ ਜਾ ਕੇ ਗੱਲ ਕਰ ਰਹੇ ਹਾਂ ਕਿ ਪ੍ਰਸ਼ਾਂਤ ਕਿਸ਼ੋਰ ਵਿਉਂਤ ਚੁੱਕਿਆ ਕੇਜਰੀਵਾਲ ਨਾਲ ਸਾਂਝੀ ਕਰ ਚੁੱਕਿਆ ਗੱਲ ਮਨਾਉਣਾ ਸਿੱਧੂ ਨੂੰ ਬਾਕੀ ਆ ਦੋਵਾਂ ਧਿਰਾਂ 'ਚ ਸਹਿਮਤੀ ਬਣਨੀ ਮੁੱਦਿਆਂ 'ਤੇ ਸਹਿਮਤੀ ਬਣਨੀ ਆਖਰ ਜਿਹੜਾ ਐਕਸ਼ਨ ਪਲਾਨ ਆ ਉੱਤੇ ਸਹਿਮਤੀ ਬਣਨੀ ਇਹ ਕਾਫੀ ਮੀਟਿੰਗਾਂ ਦਾ ਇੱਕ ਜਿਹੜੀ ਰਿਕੁਆਇਰਮੈਂਟ ਆ ਦਰਕਾਰ ਹੈ ਲੇਕਿਨ ਇੱਕ ਹੋਰ ਪਹਿਲੂ ਤੁਹਾਨੂੰ ਲੱਗਦਾ ਕਿ ਜਿਸ ਨਵਜੋਤ ਸਿੰਘ ਸਿੱਧੂ ਦਾ ਜਲਜਲੋ ਮੋਦੀ ਸਾਹਿਬ 19 ਦੀ ਪਾਰਲੀਮਾਨੀ ਇਲੈਕਸ਼ਨ 'ਚ ਵੇਖ ਚੁੱਕੇ ਆ ਕਿ ਕਾਂਗਰਸ ਵੱਲੋਂ ਇੱਕੋ ਹੀ ਬੰਦਾ ਉਹਨਾਂ ਦੇ ਮੁਕਾਬਲੇ 'ਤੇ ਰੈਲੀਆਂ 'ਚ ਭੀੜ ਖਿੱਚ ਰਿਹਾ ਸੀ ਤੁਹਾਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਨਰਿੰਦਰ ਮੋਦੀ ਦੇ ਸਰਕਾਰੀ ਨਿਵਾਸ 'ਤੇ ਹੁੰਦੀਆਂ ਮੀਟਿੰਗਾਂ 'ਚ ਵੀ ਜ਼ਿਕਰ ਹੁੰਦਾ ਹੋਊਗਾ ਕਿ ਜੇ ਨਵਜੋਤ ਸਿੰਘ ਸਿੱਧੂ
ਰਾਹੁਲ ਗਾਂਧੀ ਵਰਗੇ ਬੰਦੇ ਲਈ, ਜਿਸ ਬੰਦੇ ਰਾਹੁਲ ਗਾਂਧੀ ਕੋਲ ਗਣਾਉਣ ਲਈ ਕੁਝ ਨਹੀਂ ਆਪ, ਹਾਂ, ਜੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਟਿੱਲ ਲਾ ਸਕਦਾ, 125 ਰੈਲੀ ਕਰ ਸਕਦਾ, ਤੇ ਉਹ ਕੇਜਰੀਵਾਲ ਲਈ ਜਦੋਂ ਦੇਸ਼ ਵਿੱਚ ਘੁੰਮੂਗਾ ਤੇ ਕੇਜਰੀਵਾਲ ਦੀ ਹਸਤੀ ਦੀਆਂ ਕਈ ਪਹਿਲੂ ਗਣਾਉਣ ਲਈ ਸਿੱਧੂ ਕੋਲ ਬਹੁਤ ਕੁਝ ਹੋਊਗਾ। ਤੇ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ 'ਚ ਹੁੰਦੀਆਂ ਮੀਟਿੰਗਾਂ 'ਚ ਸਿੱਧੂ ਦਾ ਜ਼ਿਕਰ ਆਉਂਦਾ ਹੋਊਗਾ ਕਿ ਇਹ ਬੰਦਾ ਕਿਸੇ ਵੀ ਕੀਮਤ 'ਤੇ ਜੇ ਆਪਣੇ ਖੇਮੇ 'ਚ ਲੈਂਦਾ ਜਾਵੇ। ਮੇਰਾ ਖਿਆਲ ਆ ਇਹ ਜੰਗ ਅੱਗੇ ਜਾ ਕੇ ਦਿਲਚਸਪ ਹੋਣ ਵਾਲੀ ਆ। ਸਿੱਧੂ ਨੂੰ ਫੈਸਲਾ ਲੈਣ ਲੱਗਿਆਂ ਕਈ ਪੱਖ ਦਿਖਣਗੇ, ਜਦੋਂ ਗਾਂਧੀ ਪਰਿਵਾਰ ਚਾਹੂਗਾ ਕਿ ਤੈਨੂੰ ਚੱਲ ਅਸੀਂ ਮੁੱਖ ਮੰਤਰੀ ਵੀ ਬਣਾ ਦਿੰਦੇ ਹਾਂ, ਜਦੋਂ ਬੀਜੇਪੀ ਚਾਹੂਗੀ ਨਵਜੋਤ ਸਿੰਘ ਸਿੱਧੂ ਸਾਡੇ ਕੋਲ ਕੇਂਦਰ ਦੀ ਸਾਰੀ ਸ਼ਕਤੀ ਜਾਂ ਪੰਜਾਬ ਲਈ ਤੈਨੂੰ ਦੇ ਦਿੰਦੇ ਹਾਂ ਤੇ ਭਾਜਪਾ ਵੱਲੋਂ ਮੁੱਖ ਮੰਤਰੀ ਚਿਹਰਾ ਬਣ ਜਾ, ਇਹ ਵੀ ਉਹ ਚਾਹੁਣਗੇ। ਤੇ ਤੀਜੇ ਬੰਨੇ ਕੇਜਰੀਵਾਲ ਦਾ ਪ੍ਰਸ਼ਾਂਤ ਕਿਸ਼ੋਰ ਵੀ ਚਾਹੂਗਾ। ਤੇ ਫਿਰ ਇੱਕ ਹੋਰ ਵੀ ਗੱਲ ਆ, ਵੱਡੀ ਗੱਲ ਨਹੀਂ ਕਿ ਦਿੱਲੀ ਦੀ ਹਾਰ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੂੰ 7 RCR ਤੋਂ ਸੱਦਾ ਵੀ ਆ ਜੇ ਪ੍ਰਧਾਨ ਮੰਤਰੀ ਨਾਲ ਡਿਨਰ ਦਾ, ਇੱਥੇ ਬਦਲਦਿਆਂ ਤੇ ਮਿੰਟ ਲੱਗਦਾ ਹੈ, ਅਗਲਾ ਤਾਂ ਵਪਾਰੀ ਹੈ। ਤੇ ਗਲਤ ਇਹ ਹੈ ਕਿ ਪੰਜਾਬ ਦੇ ਵਿੱਚ ਐਸੇ ਵੇਲੇ ਜਿੰਨੀ ਵੀ ਪਾਰਟੀਆਂ ਨੇ ਜੀ, ਮਾਫ਼ ਕਰਨਾ ਸ਼ੁਰੂ ਹੋ ਜਾਓ, ਬਾਦਲਾਂ ਤੋਂ ਸ਼ੁਰੂ ਹੋ ਕੇ ਭਾਜਪਾ ਤੱਕ ਅਤੇ ਭਾਜਪਾ ਤੋਂ ਕਾਂਗਰਸ ਤੱਕ, ਬਿਲਕੁਲ ਇਹ ਤਿੰਨੇ ਹੀ ਪਾਰਟੀਆਂ ਕਿਤੇ ਨਾ ਕਿਤੇ ਨਵਜੋਤ ਸਿੱਧੂ ਦਾ ਤਮਾਸ਼ਾ ਬਣਾਉਣ 'ਤੇ 100% ਮੋਰੀ ਰਹੀਆਂ ਨੇ। ਹਰ ਇੱਕ ਨੇ ਇਹੋ ਕੁਝ ਹੀ ਕੀਤਾ ਉਹਦੇ ਨਾਲ ਜੀ, ਜਦੋਂ ਦਾ ਅਸੀਂ ਉਹਨੂੰ ਦੇਖਦੇ ਹਾਂ 2004 ਤੋਂ ਲੈ ਕੇ 2009 ਤੱਕ, ਤੇ ਉਹ ਥੋੜ੍ਹਾ ਜਿਹਾ ਆਰਾਮ ਨਾਲ ਅਗਾਂਹ ਆ ਗਿਆ ਜੀ, ਅਤੇ ਅਗਾਂਹ ਇਹਨਾਂ 14 ਤੋਂ ਬਾਅਦ ਨੂੰ ਕਿਸੇ ਖਾਤੇ 'ਚ ਨਹੀਂ ਪੈਣ ਦਿੱਤਾ, ਬਿਲਕੁਲ ਨਹੀਂ ਪੈਣ ਦਿੱਤਾ। ਜਿਸ ਬੰਦੇ ਨੂੰ ਤੁਸੀਂ 5 ਸਾਲ ਜਿਹਨੂੰ ਕਹਿ ਲੈਂਦਾ ਕਿ ਮਾਨਸਿਕ ਦਬਾਅ ਥੱਲੇ ਰੱਖਿਆ, ਅਤੇ ਉਹ ਹੁਣ ਆਖਿਰਕਾਰ ਇਹਨਾਂ ਤਿੰਨਾਂ ਤੋਂ ਤਾਂ ਨਹੀਂ ਕਿਸੇ ਚੌਥੀ ਧਿਰ ਦਾ ਹੀ ਆਸ ਕਰੇਗਾ। ਫਿਰ ਜੇ ਉਹ ਚੁੱਪ ਆ, ਖਾਮੋਸ਼ ਆ, ਜੇ ਉਹ ਤੁਹਾਡੀ ਹਾਈਕਮਾਨ ਨੂੰ ਇਹ ਸੁਣਾ ਰਿਹਾ ਕਿ ਤੈਨੂੰ ਤਾਂ ਮੁੱਖ ਮੰਤਰੀ ਨਹੀਂ ਸੁਣਦਾ, ਮੈਂ ਤੈਨੂੰ ਸੁਣ ਕੇ ਕੀ ਕਰਾਂ, ਆਖਿਰਕਾਰ ਉਹ ਵੀ ਤਾਂ ਕਿਸੇ ਦੀ ਭਰੋਸੇਯੋਗਤਾ ਵੇਖ ਰਿਹਾ। ਸਰਦਾਰ ਜੀ, ਇੱਕ ਗੱਲ ਤਾਂ ਪੱਥਰ 'ਤੇ ਲੀਕ ਹੈ ਕਿ ਜੋ ਹਾਲਾਤ ਬਣ ਗਏ ਆ ਦਿੱਲੀ ਤੋਂ ਬਾਅਦ ਜੀ, ਨਵਜੋਤ ਸਿੰਘ ਸਿੱਧੂ ਇੰਨਾ ਕਾਕਾ ਅਤੇ ਬੱਚਾ ਨਹੀਂ ਕਿ ਉਹ ਕਾਂਗਰਸ ਨਾਲ ਜਾਊਗਾ। ਤੁਸੀਂ ਮੈਨੂੰ ਲੱਗਦਾ ਹੁਣ ਤੁਸੀਂ 16 ਜਿਹੜੀ ਫਰਵਰੀ ਆ ਜਦੋਂ ਕੇਜਰੀਵਾਲ ਉੱਥੇ ਸਹੁੰ ਚੁੱਕੇਗਾ, ਤੁਸੀਂ ਉਹਨੂੰ ਉਡੀਕ ਰਹੇ ਹੋ, ਕਿਉਂਕਿ ਉਸ ਸਹੁੰ ਚੁੱਕ ਸਮਾਗਮ ਦੇ ਵਿੱਚ ਅਜੇ ਤੱਕ ਜੋ ਖਬਰਾਂ ਆ ਰਹੀਆਂ ਨੇ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਨੂੰ ਸੱਦਾ ਨਹੀਂ ਦਿੱਤਾ ਗਿਆ। ਅਤੇ ਕੋਈ ਵੱਡੀ ਗੱਲ ਨਹੀਂ ਹੈ, ਜੇ ਤੁਹਾਡੀ ਗੱਲ ਮੰਨ ਲਈਏ, ਜੇ ਆਪਣੇ ਸੂਤਰਾਂ ਦੀ ਮੰਨ ਲਈਏ, ਤਾਂ ਫਿਰ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਦੇ ਉੱਤੇ ਨਵਜੋਤ ਸਿੱਧੂ ਜਿਹੜੇ ਨੇ ਉੱਥੇ ਮੁਬਾਰਕਬਾਦ ਦੇਣ ਜਾ ਸਕਦੇ ਨੇ। ਇਹਦੇ 'ਚ ਕੋਈ ਦੋਰਾਵਾਂ ਨਹੀਂ ਕਿ ਸਿਆਸਤ ਵਿੱਚ ਕਦੇ ਵੀ ਕੁਛ ਵਾਪਰ ਸਕਦਾ, ਤੁਸੀਂ ਕੋਈ ਪੱਕਾ ਠੱਠਾ ਨਹੀਂ ਕਹਿ ਸਕਦੇ ਵੀ ਇੰਝ ਹੋਣਾ ਅਤੇ ਇੰਝ ਨਹੀਂ ਹੋਣਾ। ਲੇਕਿਨ ਇੱਕ ਚੀਜ਼ ਬਹੁਤ ਅਹਿਮ ਆ ਕਿ ਸਰਕਾਰਾਂ ਦੇ ਹੱਥ ਬੜੇ ਲੰਬੇ ਹੁੰਦੇ ਆ, ਅਤੇ ਉਹ ਵੀ ਕੇਂਦਰ ਦੀਆਂ ਸਰਕਾਰਾਂ ਦੇ ਜੀ, ਅਤੇ ਕੇਂਦਰ ਦੀ ਸਰਕਾਰ ਦੀ ਬਹੁਤ ਤਿਰਛੀ ਅਤੇ ਟੇਢੀ ਨਜ਼ਰ ਹੋਊਗੀ ਹਾਂ ਕਿ ਕਿਤੇ ਨਾਲੇ ਉਹ ਕੜਾਕਾ ਬੰਦ ਕਰਕੇ ਬੈਠੇ ਨੇ, ਅਤੇ ਕਿਤੇ ਸਾਡਾ ਸੱਜਰਾ ਸ਼ਰੀਕ ਕੇਜਰੀਵਾਲ ਕਿਤੇ ਦੇਸ਼ ਦੇ ਵਿੱਚ ਵੱਡੇ ਵੱਡੇ ਨਾਂ ਲੈ ਕੇ ਦੇਸ਼ ਘੁੰਮਣ ਨਾ ਤੁਰ ਪਏ, ਫਿਰ ਦਿੱਲੀ ਤੱਕ ਸੀਮਤ ਰਹਿ ਜੇ। ਹਾਂ, ਗੱਲ ਤਾਂ ਔਖੀ ਪਰ ਸੰਭਾਵਨਾਵਾਂ ਦੀ ਗੇਮ ਆ। ਸਿੱਧੂ ਕਾਂਗਰਸ ਵੱਲ ਜਾਂਦਾ ਦਿਸਦਾ ਨਹੀਂ, ਅਤੇ ਕੇਜਰੀਵਾਲ ਜਾਣ ਲਈ ਉਹਨੂੰ ਬੜਾ ਸੋਚਣਾ ਪੈਣਾ, ਲੇਕਿਨ ਭਾਰਤੀ ਜਨਤਾ ਪਾਰਟੀ ਨਾਲ ਉਹਦੇ ਪੁਰਾਣੇ ਰਿਸ਼ਤੇ ਰਹੇ ਆ। ਹਾਂ, ਕਈ ਪੱਧਰਾਂ ਦੇ ਉੱਤੇ ਰਿਸ਼ਤੇ ਤੁਰ ਪੈਂਦੇ ਆ। ਉਹ ਮੀਡੀਆ ਦਾ ਬੰਦਾ ਹੈ, ਉਹ ਚੈਨਲਾਂ ਵਾਲਿਆਂ ਦਾ ਵੀ ਯਾਰ ਹੈ, ਸਹੀ ਗੱਲ, ਹਾਂਜੀ, ਉਹ ਕਾਰਪੋਰੇਟਰਸ ਦਾ ਵੀ ਯਾਰ ਹੈ, ਅਤੇ ਫਿਰ ਸਭ ਤੋਂ ਵੱਡਾ ਗੱਲ ਇਹ ਆ ਕਿ ਉਹ ਜਨਤਾ ਦੇ ਮਨ 'ਚ ਵੱਸਦਾ। ਨਵਜੋਤ ਸਿੰਘ ਸਿੱਧੂ ਦੀ ਲੰਬੀ ਚੁੱਪ ਹੁਣ ਬਹੁਤ ਸ਼ੋਰ 'ਚ ਬਦਲਣ ਵਾਲੀ ਹੈ, ਉਹਦੇ ਕੰਨਾਂ 'ਚ ਚਾਰ ਚਫੇਰਿਓਂ ਸ਼ੋਰ ਪਊਗਾ। ਲੇਕਿਨ ਆਖਰੀ ਗੱਲ ਜਿਹੜੀ ਕਰਨੀ ਬਣਦੀ ਹੈ ਕਿ ਪੰਜਾਬ ਦੇ ਲੋਕਾਂ ਦੀ ਆਖਰੀ ਉਮੀਦ ਵੀ ਉੱਥੋਂ ਆ, ਕਿਉਂਕਿ ਉਹ ਇਮਾਨਦਾਰ ਹੈ, ਦ੍ਰਿੜ ਇੱਛਾ ਸ਼ਕਤੀ ਵਾਲਾ ਹੈ, ਜਿੱਦੀ ਆ, ਜਨੂੰਨੀ ਆ, ਜੇ ਕੁਛ ਕਰਨ 'ਤੇ ਆ ਗਿਆ ਕਰਦੂ, ਜੇ ਪੁੱਠੇ ਪੈਰੀਂ ਤੁਰਨਾ ਹੋਇਆ ਤਾਂ ਉੱਧਰ ਵੀ ਬੜੀ ਤੇਜ਼ੀ ਨਾਲ ਤੁਰੂ। ਲੇਕਿਨ ਨਵਜੋਤ ਸਿੰਘ ਜੇ ਕਿਸੇ ਇਸ ਧਰਤੀ ਮਾਂ ਦਾ ਕੁਝ ਦੇਣਾ ਦੇਣਾ ਹੀ, ਅਤੇ ਕਿਤੇ ਉੱਠ ਅਤੇ ਇਸ ਪੰਜਾਬ ਦੀ ਸਾਰ ਲੈ। ਸਾਨੂੰ ਸਥਾਪਤੀ ਦੀਆਂ ਦੋਵੇਂ ਧਿਰਾਂ ਹਰਗਿਜ਼ ਪਸੰਦ ਨਹੀਂ। ਅਸੀਂ ਕਹਿੰਦੇ ਹਾਂ ਕਿ ਇਹ ਧਰਤੀ, ਜਿਸ ਧਰਤੀ ਦੇ ਬੱਚੇ ਇਹਦੇ ਲਈ ਬਦਾਵਾ ਨਿੱਤ ਲਿਖਦੇ ਆ, ਇਹ ਪ੍ਰਵਾਸ ਦੀ ਪ੍ਰਕਿਰਿਆ ਰੁਕ ਜਾਏ, ਇੱਥੇ ਸਾਡੇ ਜੀਵਨ ਦੀ ਸੁਰੱਖਿਆ ਦੀ ਜਾਮਨੀ ਭਰਨ ਵਾਲੇ ਹੋਣ, ਅਤੇ ਇਹ ਧਰਤੀ ਫਿਰ ਸੁੱਖਾਂ ਵਸੇ। ਹੋਰ ਕੋਈ ਜ਼ਿਆਦਾ ਮੰਗ ਕੋਈ ਹੈ ਹੀ ਨਹੀਂ, ਸਾਰੇ ਪੰਜਾਬੀ ਸਾਡੇ ਵੱਲ ਸੋਚਦੇ। ਦੂਸਰਾ ਇਹ ਕਿ ਕੁਦਰਤ ਦਾ ਵਰਤਾਰਾ ਜੀ, ਕਿ ਅੱਜ ਕੁਦਰਤ ਦੀ ਉਹ ਰੁੱਤ ਜਿਹੜੀ ਆ ਸ਼ੁਰੂ ਹੋ ਗਈ ਆ, ਬਿਲਕੁਲ, ਜਿਹਦੇ ਤੋਂ ਬਾਅਦ ਰੰਗ ਨਿਕਲਦੇ ਨੇ ਬਾਹਰ। ਅਸੀਂ ਨਾ ਅੱਜ
ਆਫ ਦਾ ਰਿਕਾਰਡ ਜਦੋਂ ਅਸੀਂ ਬਾਹਰ ਟਹਿਲ ਰਹੇ ਸੀ ਅਤੇ ਫੁੱਲ ਬੜੇ ਖੂਬਸੂਰਤੀ ਨਾਲ ਖਿੜ ਰਹੇ ਸੀ ਜੀ। ਅੱਛਾ ਸਰਦਾਰ ਸਾਹਿਬ ਮੈਨੂੰ ਕਹਿੰਦੇ ਕਿ ਅਸਲ ਤਾਂ ਇਹ ਆ ਜਿਹੜੇ ਕੁਦਰਤ ਨੂੰ ਵੈਲਕਮ ਕਰਦੇ ਆ ਇੱਕਮਿੱਕ ਰਹਿੰਦੇ, ਬਨਸਪਤੀ ਦਾ ਆਪਣਾ ਰੂਪ ਹੈ, ਅਸੀਂ ਤਾਂ ਵਿਗਾੜ ਪੈਦਾ ਕਰਨ ਵਾਲੇ ਜੀਵ ਬਣ ਗਏ ਹਾਂ, ਅਸਲ ਜੀਵਨ ਦਾ ਰੰਗ ਤੇ ਪਰੰਤੂ ਕਰਨ ਵਾਲੇ ਆ ਕਿੰਤੂ ਪਰੰ ਕੋਈ ਸਾਡੀ ਜ਼ਿੰਦਗੀ ਜੀ ਵੀ ਘਟਨਾ ਕੋਈ ਇਹੋ ਜਿਹੀ ਵਾਪਰ ਜੇ ਤੇ ਅਸੀਂ ਰੱਬ ਨੂੰ ਉਲਾਭਾ ਤੇ ਤੁਰ ਪੈਂਦੇ ਹਾਂ, ਤੈਨੂੰ ਵੀ ਪਤਾ ਨਹੀਂ ਲੱਗਾ ਜੀ ਤੂੰ ਸਾਡੇ ਨਾਲ ਇੱਦਾਂ ਕੀਤੀ, ਲੇਕਿਨ ਬਲਿਹਾਰ ਜਾਓ ਇਸ ਕੁਦਰਤ ਦੇ, ਕਿਉਂਕਿ ਇਹ ਉਹਦਾ ਰੂਪ, ਇਹ ਕਦੇ ਉਹਦੇ ਪ੍ਰਤੀ ਕੋਈ ਸ਼ਿਕਵਾ ਨਹੀਂ ਨਜ਼ਰ ਆਇਆ। ਸੋ ਰੁੱਤ ਆ ਚੁੱਕੀ ਆ ਔਰ ਬਦਲਾਅ ਦੀ ਰੁੱਤ ਹੈ, ਬਦਲ ਗਈ ਹੈ ਉਹ ਜਿਹੜਾ ਜਿਹਨੂੰ ਕਹਿ ਲਓ ਕਿ ਦੜ ਵੱਟ ਕੇ ਬੈਠਣ ਵਾਲੀ ਅੱਗ ਦੇ ਲਾਗੇ ਕੁੰਗੜ ਕੇ ਬੈਠਣ ਵਾਲੀ ਰੁੱਤ ਸੀ, ਥੋੜ੍ਹਾ ਜਿਹਾ ਫੈਲਾਅ ਆ। ਦੇਖੋ ਸਿਆਸਤ ਕਿੱਧਰ ਨੂੰ ਫੈਲਦੀ ਹੈ, ਕਦੇ ਚੰਨ ਤਾਰਿਆਂ ਦੀਆਂ ਗੱਲਾਂ ਕਰ ਲਿਆ ਕਰੋ, ਕਦੇ ਕਦੇ ਚੰਨ ਤਾਰਿਆਂ ਦੀਆਂ ਗੱਲਾਂ ਕਰ ਲਿਆ ਕਰੋ, ਕਦੇ ਕਦੇ ਮੌਸਮਾਂ ਦੇ ਨਾਂ ਗਿਣ ਲਿਆ ਕਰੋ, ਕਦੇ ਕਦੇ ਪੰਜਾਬ ਨੂੰ ਬੀਤ ਗਿਆ ਨਾ ਸਮਝ ਕੇ ਇਹਦੇ ਨਾਲ ਇਹਦੇ ਹੁਸਨ ਦੇ ਅੰਗ ਸੰਗ ਤੁਰਿਆ ਕਰੋ। ਸਵਾਲ ਤਾਂ ਇਹ ਹੈ ਕਿ ਇਹਨਾਂ ਤਾਰਿਆਂ ਅਸਮਾਨ ਦੇ ਤਾਰਿਆਂ 'ਚ ਕੋਈ ਸਾਡੇ ਹਿੱਸੇ ਦਾ ਤਾਰਾ ਵੀ ਹੋਊ ਜਿਹੜਾ ਇਸ ਧਰਤੀ 'ਤੇ ਦੁੱਖ ਕੱਟੂ।